ਅੱਤ ਦੀ ਗਰਮੀ ਤੇ ਵਿਆਹਾਂ ਦਾ ਸੀਜ਼ਨ ਜ਼ੋਰਾਂ ਤੇ ਹੈ। ਸੋਸ਼ਲ ਮੀਡੀਆ ਤੇ ਵਾਇਰਲ ਚਿਹਰੇ ਜੋ ਕਿ ਵਿਆਹ ਦੇ ਬੰਧਨ ਵਿੱਚ ਬੰਧ ਚੁੱਕੇ ਨੇ। ਸੋਸ਼ਲ ਮੀਡੀਆ ਦਾ ਮਸ਼ਹੂਰ ਕਮੇਡੀ ਇਨਫਲੂਐਂਸਰ ਜਿਸ ਦਾ ਵਿਆਹ ਚਰਚਾ ਵਿੱਚ ਹੈ, ਕਈ ਲੋਕ ਕਨਫਿਊਜ਼ ਹੋ ਰਹੇ ਨੇ ਵੀ ਇਸ ਦਾ ਵਿਆਹ ਸੱਚੀ ਹੋ ਗਿਆ ਜਾਂ ਫਿਰ ਕੋਈ ਹੋਰ ਗੱਲਬਾਤ ਹੈ। ਸੋਸ਼ਲ ਮੀਡੀਆ ਦੀਆਂ ਵਾਇਰਲ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਤਾਂ ਬਣੇ ਰਹੋ ਵੀਡੀਓ ਦੇ ਲਾਸਟ ਤੱਕ। ਜਿਵੇਂ ਕਿ ਆਪ ਸਭ ਨੂੰ ਪਤਾ ਹੈ, ਪੰਜਾਬੀ ਮਸ਼ਹੂਰ ਫੀਮੇਲ ਸਿੰਗਰ ਅਤੇ ਪੋਲੀਟੀਸ਼ੀਅਨ ਪੰਜਾਬ ਸਰਕਾਰ ਦੀ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਵਿਆਹ ਦੇ ਬੰਧਨ ਵਿੱਚ ਬੰਧ ਚੁੱਕੇ ਨੇ। ਅਨਮੋਲ ਗਗਨਮਾਨ ਦੀ ਮੈਰਿਜ ਸ਼ਹਿਬਾਜ ਸਿੰਘ ਸੋਹੀ ਦੇ ਨਾਲ ਹੋਈ ਹੈ, ਜੋ ਕਿ ਪੇਸ਼ੇ ਵਜੋਂ ਇੱਕ ਵਕੀਲ ਨੇ ਅਤੇ ਵੱਡੇ ਬਿਜ਼ਨਸਮੈਨ ਵੀ ਨੇ। ਅੱਜ ਅਨਮੋਲ ਗਗਨਮਾਨ ਨੇ ਵਿਆਹ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪਹਿਲੀ ਪੋਸਟ ਸਾਂਝੀ ਕੀਤੀ, ਜਿਸ ਵਿੱਚ ਅਨਮੋਲ ਗਗਨਮਾਨ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਕਿ ਉਹਨਾਂ ਨੂੰ ਬਹੁਤ ਵਧੀਆ ਜੀਵਨ ਸਾਥੀ ਮਿਲਿਆ, ਵਾਹਿਗੁਰੂ ਦਾ ਧੰਨਵਾਦ ਕਰਦੇ ਹੋਏ। ਹੋਰ ਕੀ ਲਿਖਿਆ ਅਨਮੋਲ ਗਗਨਮਾਨ ਨੇ, ਆਓ ਇੱਕ ਨਜ਼ਰ ਮਾਰਦੇ ਉਸ ਪੋਸਟ ਵੱਲ ਨੂੰ। ਅਨਮੋਲ ਗਗਨਮਾਨ ਲਿਖਦੇ ਨੇ, ਸਰਦਾਰ ਸ਼ਹਿਬਾਜ ਸਿੰਘ ਸੋਹੀ ਜੀ ਨੂੰ ਮੇਰੀ ਜ਼ਿੰਦਗੀ ਦੇ ਪੰਨਿਆਂ ਵਿੱਚ ਜੀਵਨ ਸਾਥੀ ਦੇ ਰੂਪ ਵਿੱਚ ਲਿਖਣ ਲਈ ਵਾਹਿਗੁਰੂ ਜੀ ਦਾ ਦਿਲੋਂ ਧੰਨਵਾਦ ਕਰਦੀ ਹਾਂ। ਇਸ ਮੋਹ ਭਰੇ ਪਰਿਵਾਰ ਵਿੱਚ ਲਿਆਉਣਾ ਵਾਹਿਗੁਰੂ ਜੀ ਦੀ ਰਹਿਮਤ ਸਦਕਾ ਹੈ। ਜ਼ਿੰਦਗੀ ਦੀ ਹਰ ਦੁੱਖ ਸੁੱਖ ਦੀ ਘੜੀ ਵਿੱਚ ਮੇਰੇ ਸਿਰ ਤੇ ਜਿਵੇਂ ਹੱਥ ਰੱਖਿਆ, ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਵਿਆਹੁਤਾ ਜੀਵਨ ਨੂੰ ਚਲਾਉਣ ਲਈ ਵੀ ਉਸੇ ਤਰ੍ਹਾਂ ਸੋਝੀ ਬਖਸ਼ਣ। ਇਹ ਪੋਸਟ ਸਾਂਝੀ ਕੀਤੀ ਹੈ ਅਨਮੋਲ ਗਗਨਮਾਨ ਨੇ। ਗੋਵਿੰਦਾ ਸਰਦਾਰ ਨੂੰ ਤੁਸੀਂ ਸਾਰੇ ਜਾਣਦੇ ਹੋ, ਇੱਕ ਕਮੇਡੀ ਵੀਡੀਓ ਕ੍ਰੀਏਟਰ ਨੇ ਅਤੇ ਇੱਕ ਭਰਾ ਜਿਹੜਾ ਉਹਨਾਂ ਦੇ ਵਿੱਚੋਂ ਜਿਸ ਦਾ ਨਾਮ ਹੈ ਹੀਰਾ, ਉਹ ਸਿੰਗਰ ਅਤੇ ਰਾਈਟਰ ਵੀ ਨੇ। ਕਈ ਗਾਣੇ ਇਹਨਾਂ ਦੇ ਰਿਲੀਜ਼ ਹੋ ਚੁੱਕੇ ਨੇ, ਲੋਕਾਂ ਵੱਲੋਂ ਇਹਨਾਂ ਦੀਆਂ ਕਮੇਡੀ ਵੀਡੀਓ ਕਾਫੀ ਜ਼ਿਆਦਾ ਪਸੰਦ ਕੀਤੀਆਂ ਜਾਂਦੀਆਂ ਅਤੇ ਲੋਕ ਇਹਨਾਂ ਦੇ ਗਾਣਿਆਂ ਨੂੰ ਵੀ ਮਣਾ ਮੂਹਾ ਪਿਆਰ ਦਿੰਦੇ ਨੇ। ਇਹਨਾਂ ਦੀ ਵੀਡੀਓ ਲਗਾਤਾਰ ਵਾਚ ਕਰਨ ਵਾਲੇ ਸਾਰੇ ਹੀ ਜਾਣਦੇ ਨੇ ਵੀ ਜਿੰਨੀ ਕਮੇਡੀ ਇਹ ਵੀਡੀਓ ਵਿੱਚ ਕਰਦੇ ਨੇ, ਓਨੀ ਕਮੇਡੀ ਲੋਕ ਇਹਨਾਂ ਨੂੰ ਟ੍ਰੋਲ ਕਰਦੇ ਹੋਏ ਕਮੈਂਟਾਂ ਵਿੱਚ ਕਰ ਦਿੰਦੇ ਨੇ। ਇੱਕ ਕਮੈਂਟ ਤੁਸੀਂ ਨੇ ਬਹੁਤ ਦੇਖਿਆ ਹੋਣਾ, ਜੋ ਕਿ ਇਹਨਾਂ ਦੇ ਕਮੈਂਟ ਸੈਕਸ਼ਨ ਦੇ ਵਿੱਚ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ, ਉਹ ਤੁਸੀਂ ਸਕਰੀਨ 'ਤੇ ਪੜ੍ਹ ਹੀ ਸਕਦੇ ਹੋ। ਵੀਡੀਓ ਦੀ ਸ਼ੁਰੂਆਤ ਹੁੰਦੀ ਕਿੱਥੋਂ ਹੈ ਅਤੇ ਮੁੱਕਦੀ ਪ੍ਰਮੋਸ਼ਨ 'ਤੇ ਹੈ। ਪਰ ਹੁਣ ਤੁਹਾਨੂੰ ਦੱਸ ਦਈਏ ਕਿ ਜਿਹੜਾ ਗੋਵਿੰਦਾ ਸਰਦਾਰ ਹੈ, ਉਸ ਦੀ ਮੈਰਿਜ ਹੋ ਚੁੱਕੀ ਹੈ। ਮੈਰਿਜ ਦੀਆਂ ਕਈ ਫੋਟੋਆਂ ਅਤੇ ਵੀਡੀਓ ਵਾਇਰਲ ਹੋ ਰਹੀਆਂ ਨੇ, ਜੋ ਕਿ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ। ਪ੍ਰੇਤੀ ਕਈ ਲੋਕਾਂ ਨੇ ਫਨੀ ਕਮੈਂਟ ਕੀਤੇ, ਕਈਆਂ ਨੂੰ ਸੱਚੀ ਯਕੀਨ ਨਹੀਂ ਆ ਰਿਹਾ ਕਿ ਗੋਵਿੰਦਾ ਸਰਦਾਰ ਦਾ ਸੱਚੀਓ ਵਿਆਹ ਹੋ ਗਿਆ। ਕਈਆਂ ਦਾ ਕਹਿਣਾ ਕਿ ਕਿਤੇ ਇਹ ਵੀ ਪ੍ਰਮੋਸ਼ਨ ਨਾ ਹੋਵੇ, ਕੁਝ ਜ਼ਿਆਦਾ ਨਹੀਂ ਹੋ ਗਿਆ ਮਤਲਬ ਕੁਝ ਵੀ, ਕਿਉਂਕਿ ਜਿਵੇਂ ਗੋਵਿੰਦਾ ਸਰਦਾਰ ਹੋਰਾਂ ਦਾ ਕੰਟੈਂਟ ਹੈ, ਸ਼ੁਰੂਆਤ ਵਿੱਚ ਆਡੀਅੰਸ ਨੂੰ ਹੈਂਗ ਕਰ ਦਿੰਦੇ ਨੇ, ਲਾਸਟ ਵਿੱਚ ਜਾ ਕੇ ਪਤਾ ਲੱਗਦਾ ਵੀ ਇਹ ਕਿਸੇ ਵੀਜ਼ੇ ਵਾਲੇ ਜਾਂ ਫਿਰ ਦਰਵਾਜ਼ੇ ਵਾਲੇ ਦੀ ਪ੍ਰਮੋਸ਼ਨ ਹੈ। ਪਰ ਦੋਸਤੋ, ਕਈ ਵੀਡੀਓਜ਼ ਜੋ ਗੋਵਿੰਦਾ ਸਰਦਾਰ ਦੇ ਸਰਕਲ ਦੇ ਲੋਕਾਂ ਨੇ ਸਾਂਝੀਆਂ ਕੀਤੀਆਂ, ਉਹਨਾਂ ਤੋਂ ਲੱਗਦਾ ਕਿ ਸੱਚੀਓ ਗੋਵਿੰਦਾ ਸਰਦਾਰ ਦਾ ਵਿਆਹ ਹੋ ਚੁੱਕਿਆ, ਇਹ ਕੋਈ ਪ੍ਰਮੋਸ਼ਨ ਨਹੀਂ ਹੈ। ਗੋਵਿੰਦਾ ਸਰਦਾਰ ਦੇ ਆਫੀਸ਼ੀਅਲ ਇੰਸਟਾਗ੍ਰਾਮ 'ਤੇ ਵੀ ਕਈ ਵੀਡੀਓ ਸ਼ੇਅਰ ਕੀਤੀਆਂ ਗਈਆਂ ਅਤੇ ਟੀਮ ਦੇ ਬੰਦੇ ਸੁੱਖੀ ਨੇ ਵੀ ਇੱਕ ਵੀਡੀਓ ਸ਼ੇਅਰ ਕੀਤੀ ਅਤੇ ਕਈ ਫੋਟੋਆਂ ਵੀ ਸ਼ੇਅਰ ਕੀਤੀ। ਕੰਗਰੈਚੁਲੇਸ਼ਨ ਦੀਆਂ ਸਟੋਰੀਆਂ ਬਹੁਤ ਲੋਕ ਸਾਂਝੀਆਂ ਕਰ ਰਹੇ ਨੇ। ਹੁਣ ਤੁਸੀਂ ਵੀ ਆਪਣੇ ਭਰਾ ਗੋਵਿੰਦਾ ਸਰਦਾਰ ਨੂੰ ਕਮੈਂਟਾਂ ਦੇ ਵਿੱਚ ਵਿਆਹ ਦੀਆਂ ਮੁਬਾਰਕਾਂ ਜ਼ਰੂਰ ਦਿਓ ਅਤੇ ਇਹ ਵੀਡੀਓ ਤੁਸੀਂ ਕਿੱਥੋਂ ਕਿੱਥੋਂ ਵੇਖ ਰਹੇ ਹੋ ਆਪਣੇ ਪਿੰਡ ਅਤੇ ਸ਼ਹਿਰ ਦਾ ਨਾਮ ਜ਼ਰੂਰ ਲਿਖਿਓ।